ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਅੱਜ ਆਪ ਜਿਸ ਅਸਥਾਨ 'ਤੇ ਦਰਸ਼ਨ ਕਰ ਰਹੇ ਹੋ, ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ। ਔਰ ਅੱਜ ਬਹੁਤ ਹੀ ਵੱਡੀ ਖੁਸ਼ੀ ਵਾਲਾ ਦਿਨ, ਸੁਭਾਗਾ ਦਿਨ, ਜੋ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਔਰ ਅਸੀਂ ਤਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਮਨਾਏ ਜਾ ਰਹੇ ਹਾਂ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਅਸਥਾਨ ਦਾ ਇਤਿਹਾਸ 9 ਅਕਤੂਬਰ 1534 ਈਸਵੀ ਦੇ ਵਿੱਚ ਪਿਤਾ ਬਾਬਾ ਹਰਦਾਸ ਜੀ, ਮਾਤਾ ਦਿਆ ਕੌਰ ਦੇ ਕੁੱਖੋਂ ਇਸ ਅਸਥਾਨ 'ਤੇ ਜਨਮ ਹੋਇਆ ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਅਸਥਾਨ ਦਾ ਇੱਕ ਹੋਰ ਇਤਿਹਾਸ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ ਬਾਬਾ ਖੜਕ ਸਿੰਘ ਪੈਦਾ ਹੋਏ, ਮਹਾਰਾਣੀ ਨਾਕਾਇਣ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਸੀ 1802 ਦੇ ਵਿੱਚ, ਔਰ ਨਕਸ਼ਾ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਇਸ ਗੁਰਦੁਆਰਾ ਸਾਹਿਬ ਨੂੰ ਤਮੀਰ ਕਰਵਾਇਆ ਸੀ ਗੁਰੂ ਰੁਪਿਆਰੀ ਸਾਧ ਸੰਗਤ ਜੀ। ਔਰ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਇਹ ਉਹਨਾਂ ਦਾ ਘਰ ਸੀ, ਇੱਥੇ ਦਾ ਇਹਨੇ ਇਸ਼ਨਾਨ ਕਰਾਇਆ ਗਿਆ ਸੀ। ਇਹ ਤੁਸੀਂ ਦਰਸ਼ਨ ਵੀ ਕਰੋ, ਇਸ ਅਸਥਾਨ ਦੇ ਦਰਸ਼ਨ ਵੀ ਕਰ, ਇਸ ਅਸਥਾਨ ਦਰਸ਼ਨ ਕਰੋ। ਇੱਥੇ ਮਹਾਰਾਜ ਜੀ ਨੂੰ ਇਸ਼ਨਾਨ ਕਰਾਇਆ ਗਿਆ ਸੀ ਜਦੋਂ ਮਹਾਰਾਜ ਜੀ ਪ੍ਰਕਾਸ਼ ਹੋਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਅੱਜ ਬਹੁਤ ਪਿਆਰਾ ਗੁਰਪੁਰਬ ਮਨਾਇਆ ਗਿਆ। ਇੰਡੀਆ ਤੋਂ ਰਾਗੀ ਜਥੇ ਨੇ ਹਾਜ਼ਰੀ ਭਰੀ, ਔਰ ਪਾਕਿਸਤਾਨ ਦੇ ਵੱਖ ਵੱਖ ਥਾਵਾਂ ਤੋਂ, ਇੰਡੀਆ ਤੋਂ ਸੰਗਤਾਂ ਦਰਸ਼ਨ ਕਰਕੇ ਇੱਥੇ ਅਸੀਂ ਰਲ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ। UK ਤੋਂ, ਨਿਊਜ਼ੀਲੈਂਡ ਤੋਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਇੱਥੇ ਆ ਕੇ ਔਰ ਰਲ ਮਿਲ ਕੇ ਅਸੀਂ ਪ੍ਰੋਗਰਾਮ ਮਨਾਇਆ, ਗੁਰੂ ਰਾਮਦਾਸ ਜਨਮ ਦਿਹਾੜਾ ਮਨਾਇਆ। ਗੁਰੂ ਪਿਆਰੇ ਸਾਧ ਸੰਗਤ ਜੀ, 550.5 ਸਾਲ ਵੀ ਆ ਰਹੇ, ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਪਾਕਿਸਤਾਨ, ਔਰ 550.5 ਸਾਲ ਗੁਰੂ ਬਾਣੀ ਦੇ ਨਾਲ ਆਪਣਾ ਜੀਵਨ ਬਣਾਈਏ, ਔਰ ਗੁਰੂ ਨਾਨਕ ਪਾਤਸ਼ਾਹ ਦੇ ਚਲਦੇ ਮਾਰਗ 'ਤੇ ਆਪਣਾ ਚਲਦੇ ਹੋਏ ਆਪਣਾ ਜੀਵਨ ਸਫਲਾ ਕਰੀਏ। ਮੈਂ ਧੰਨਵਾਦੀ ਹਾਂ ਸਾਡੇ ਵਾਲਾ ਚੈਨਲ ਦਾ, ਜਿਨ੍ਹਾਂ ਨੇ ਇੱਥੇ ਪਾਕਿਸਤਾਨ ਪਹੁੰਚ ਕੇ ਵੀ ਆਪ ਜੀ ਨੂੰ ਦਰਸ਼ਨਦਾਰੇ ਕਰਾਏ, ਔਰ ਬਹੁਤ ਧੰਨਵਾਦ ਹੈ ਸ਼ਾਇਦ ਸ਼ਬੀਰ ਵੀਰ ਜੀ, ਬਾਬਾ ਜੀ ਦਾ, ਜਿਨ੍ਹਾਂ ਨੇ ਬੜੀ ਸੇਵਾ ਇੱਥੇ ਸੇਵਾ ਕਰਦੇ ਨੇ। ਹਰ ਗੁਰੂ ਘਰ ਜਿਨ੍ਹਾਂ ਦਾ ਕੋਈ ਇਤਿਹਾਸ ਕਿਸੇ ਨੂੰ ਪਤਾ ਨਹੀਂ ਹੁੰਦਾ, ਅਤੇ ਬਾਬਾ ਜੀ ਪਹੁੰਚ ਜਾਂਦੇ ਨੇ, ਬਹੁਤ ਵੱਡੀ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਗੁਰੂ ਮਹਾਰਾਜ ਨੂੰ ਚੜ੍ਹਦੀ ਕਲਾਵਾ ਜੀਵਨ ਬਖਸ਼ੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।